ਸਿਰਜਣਾ ਹੈ। ਮੈਂ ਮੁੰਡੀ ਖਰੜ ਦੀ ਰਹਿਣ ਵਾਲੀ ਹਾਂ ਅਤੇ ਮੈਨੂੰ 1-2 ਸਾਲਾਂ ਤੋਂ ਜ਼ੁਕਾਮ ਦੀ ਪ੍ਰੋਬਲਮ ਰਹਿੰਦੀ ਸੀ ਅਤੇ ਕਦੀ ਕਦੀ ਨੱਕ ਵੀ ਬੰਦ ਹੋ ਜਾਂਦਾ ਸੀ। ਪਰ ਅਸੀਂ ਕੁਝ ਸਮੇਂ ਇਸਨੂੰ ਨਜ਼ਰਅੰਦਾਜ਼ ਕਰਦੇ ਰਹੇ। ਫਿਰ ਜਦੋਂ ਇਹ ਪ੍ਰੋਬਲਮ ਠੀਕ ਹੀ ਨਾ ਹੋਈ ਤਾਂ ਅਸੀਂ ਕੁਝ ਐਲੋਪੈਥਿਕ ਮੈਡੀਸਿਨਸ ਵੀ ਟਰਾਈ ਕੀਤੀ, ਉਹ ਖਾਧੀ। ਪਰ ਉਹਦੇ ਨਾਲ ਕੀ ਹੁੰਦਾ ਸੀ ਕਿ ਕੁਝ ਸਮੇਂ ਲਈ ਤਾਂ ਇਹ ਠੀਕ ਹੋ ਜਾਂਦਾ ਸੀ ਅਤੇ ਕੁਝ ਸਮੇਂ ਬਾਅਦ ਫਿਰ ਉਹੀ ਪ੍ਰੋਬਲਮ ਸਾਨੂੰ ਸ਼ੁਰੂ ਹੋ ਜਾਂਦੀ ਸੀ। ਤਾਂ ਫਿਰ ਮੈਨੂੰ ਮੇਰੀ ਦਾਦੀ ਜੀ ਨੇ ਡਾਕਟਰ ਮੱਕੜ ਸਿੰਘ, ਜੋ ਕਿ ਹੋਮਿਓਪੈਥੀ ਦੇ ਡਾਕਟਰ ਹਨ, ਉਹਨਾਂ ਨੂੰ ਰੈਫਰ ਕੀਤਾ। ਫਿਰ ਅਸੀਂ ਸਿਰਫ ਉੱਥੋਂ 2 ਮਹੀਨੇ ਦਵਾਈ ਖਾਧੀ ਔਰ ਹੁਣ ਮੈਨੂੰ ਉਹਨਾਂ ਦੀ ਦਵਾਈ ਖਾਧੇ 6 ਮਹੀਨੇ ਹੋ ਚੁੱਕੇ ਹਨ ਔਰ ਮੈਂ ਬਿਲਕੁਲ ਠੀਕ ਹਾਂ। ਉਹਨਾਂ ਦੀ ਦਵਾਈ ਨਾਲ ਮੈਨੂੰ ਬਿਲਕੁਲ ਆਰਾਮ ਆ ਗਿਆ ਹੈ। ਮੇਰੇ ਪਾਪਾ ਨੂੰ ਵੀ ਮਤਲਬ ਸਮੈਲ ਦੀ ਐਲਰਜੀ ਸੀ, ਤਾਂ ਉਹਨਾਂ ਨੂੰ ਵੀ ਕਿਸੇ ਨਾ ਸਟਰੋਂਗ ਸਮੈਲ ਦੀ ਵਜ੍ਹਾ ਨਾਲ ਖਾਂਸੀ ਆਉਣੀ ਸ਼ੁਰੂ ਹੋ ਜਾਂਦੀ ਸੀ। ਫਿਰ ਉਹਨਾਂ ਨੇ ਵੀ ਉੱਥੋਂ ਹੀ ਦਵਾਈ ਖਾਧੀ ਔਰ ਉਹਨਾਂ ਨੂੰ ਵੀ ਬਿਲਕੁਲ ਆਰਾਮ ਹੈ। ਇਸ ਕਰਕੇ ਮੈਂ ਡਾਕਟਰ ਮੱਕੜ ਦਾ ਤਹਿ ਦਿਲੋਂ ਧੰਨਵਾਦ ਕਰਦੀ।